ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਰਾਖੀ ਕੌਣ ਕਰੇ। ਅਜਿਹਾ ਹੀ ਇੱਕ ਮਾਮਲਾ ਕੁਝ ਦਿਨ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਥਾਣਾ ਦਿਆਲਪੁਰਾ 'ਚੋਂ ਸਾਹਮਣੇ ਆਇਆ ਸੀ, ਜਿੱਥੇ ਦਿਆਲਪੁਰਾ ਥਾਣੇ ਦੇ ਮਾਲਖਾਨੇ 'ਚੋਂ ਅਸਲਾ ਚੋਰੀ ਹੋ ਗਿਆ ਸੀ। ਅਸਲਾ ਚੋਰੀ ਕਰਨ ਦੇ ਮਾਮਲੇ 'ਚੋਂ ਪੁਲਿਸ ਨੇ ਥਾਣੇ ਦੇ ਮੁਨਸ਼ੀ ਨੂੰ ਹੀ ਗ੍ਰਿਫਤਾਰ ਕੀਤਾ ਹੈ। CIA ਸਟਾਫ ਦੀ ਪੁਲਿਸ ਨੇ ਥਾਣਾ ਦਿਆਲਪੁਰਾ ਦੇ ਮਾਲਖਾਨੇ 'ਚੋਂ ਅਸਲਾ ਗਾਇਬ ਹੋਣ ਦੇ ਮਾਮਲੇ 'ਚ ਮੁਲਜ਼ਮ ਅਤੇ ਥਾਣਾ ਮੁਨਸ਼ੀ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਨਸ਼ੀ ਸੰਦੀਪ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੋਖੜਾ ਤੋਂ ਗ੍ਰਿਫਤਾਰ ਕੀਤਾ ਹੈ। ਮੁਨਸ਼ੀ ਦੀ ਗ੍ਰਿਫਤਾਰੀ ਦੀ ਪੁਸ਼ਟੀ SSP JALN ਚੇਲੀਆਂ ਨੇ ਕੀਤੀ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਪਰ ਅਦਾਲਤ ਨੇ ਉਸ ਨੂੰ ਪੁਲਿਸ ਰਿਮਾਂਡ ਦੇਣ ਦੀ ਥਾਂ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਹੈ। ਜੀ ਸਰ, ਜਿਹੜਾ ਮੁਨਸ਼ੀ ਸੰਦੀਪ ਸਿੰਘ ਸੀ, ਕੀ ਇਸ ਮਾਮਲੇ 'ਚ ਅਪਡੇਟ ਹੈ, ਕੀ ਕੁਝ ਕੰਮ ਹੈ? ਜਿਹੜੇ ਦਿਆਲਪੁਰਾ ਥਾਣਾ ਦੇ ਵਿੱਚ ਵੈਪਨ ਮਿਸਿੰਗ ਦੇ ਪਹਿਲੇ ਸੰਦੀਪ ਸਿੰਘ ਮੁਨਸ਼ੀ ਦੇ ਖਿਲਾਫ ਕੇਸ ਰਜਿਸਟਰ ਹੋਇਆ ਸੀ, ਉਹਦੀ ਤਫਤੀਸ਼ ਦੇ ਲੜੀ ਦੇ ਵਿੱਚ ਹੀ ਕੁਛ ਦਿਨ ਕਿ ਪਹਿਲੇ ਅਸੀਂ ਮੁਨਸ਼ੀ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਔਰ ਮਾਨਯੋਗ ਅਦਾਲਤ 'ਚ ਉਹਨਾਂ ਨੂੰ ਪੇਸ਼ ਕੀਤਾ ਰਿਮਾਂਡ ਲੈਣ ਲਈ, ਔਰ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ। ਫਿਲਹਾਲ ਉਹ ਬਠਿੰਡਾ ਜੇਲ੍ਹ 'ਚ ਨੇ, ਬਟ ਇਸ ਕੇਸ ਦੇ ਤਫਤੀਸ਼ ਸਾਡੇ SPD ਔਰ CAA ਟੀਮ ਵੱਲੋਂ ਕੀਤੀ ਜਾ ਰਹੀ ਹੈ। ਅਭੀ ਫਿਲਹਾਲ ਸੰਦੀਪ ਤੋਂ ਸਾਨੂੰ ਕੋਈ ਰਿਕਵਰੀ ਨਹੀਂ ਹੈ, ਬਟ ਤਫਤੀਸ਼ ਦੇ ਵਿੱਚ ਕੁਛ ਲੀਡਸ ਅਜੇ ਤਾਂ ਸਾਨੂੰ ਮਿਲੇ ਹੈ, ਉਹ ਅਗਲੀ 2-3 ਦੇ ਵਿੱਚ ਕੁਛ ਵਰਕਆਊਟ ਕਰ ਸਕਦੇ ਹਾਂ। ਤੋ ਵੀ ਆਰ ਟ੍ਰਾਇੰਗ ਔਰ ਬੈਸਟ ਇਹ ਕੇਸ ਕੋ ਜਲਦ ਤੋਂ ਜਲਦੀ ਅਗਲੇ ਆਉਣ ਵਾਲੇ ਦਿਨ ਦੇ ਵਿੱਚ ਇਸਕੋ ਇਨਵੈਸਟੀਗੇਸ਼ਨ ਕੋ ਅਸੀਂ ਕੰਪਲੀਟ ਕਰਾਏਂਗੇ। ਸਰ, ਕੁਛ ਰੇਡਸ ਵੀ ਕੀਤੀਆਂ ਜਾ ਰਹੀਆਂ ਇਸ ਮਾਮਲੇ ਦੇ ਵਿੱਚ? ਹਾਂਜੀ ਹਾਂਜੀ, ਅਭੀ ਉਹ ਫਿਲਹਾਲ ਹਮਾਰਾ ਤਫਤੀਸ਼ ਚੱਲ ਰਹੇ ਹੈ, ਕੁਛ ਲੀਡਸ ਸਾਨੂੰ ਮਿਲੇ ਹੈ, ਉਹਦੀ ਬੇਸਿਸ ਮੈਂ ਹਮਾਰਾ CAA ਟੀਮ ਔਰ ਲੋਕਲ ਪੁਲਿਸ ਸਟੇਸ਼ਨ ਦੀ ਟੀਮ ਵਰਕਆਊਟ ਕਰ ਰਹੇ ਹੈ, ਤੋ ਸਾਨੂੰ ਉਮੀਦ ਹੈ ਇਹ ਜਲਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਰਿਮਾਂਡ ਦੇ ਦੁਆਰਾ ਲੈਣ ਦੀ ਕੋਸ਼ਿਸ਼ ਕਰੋਗੇ? ਹਾਂਜੀ, ਅਸੀਂ ਲੀਗਲੀ ਅਪੀਲ ਵੀ ਕਰਾਂਗੇ, ਅਪੀਲ ਵੀ ਕਰਕੇ ਅਸੀਂ ਦੁਬਾਰਾ ਰਿਮਾਂਡ ਤੇ ਲੈਣ ਦੀ ਕੋਸ਼ਿਸ਼ ਕਰਾਂਗੇ। ਸਰ, ਹੁਣ ਤੱਕ ਕੀ ਖੁਲਾਸਾ ਹੋਇਆ, ਕਿੰਨੇ ਵੈਪਨ ਜਿਹੜੇ ਜਿਹੜੇ ਤੁਹਾਡੇ ਕੋਲੇ ਔਨ ਰਿਕਾਰਡ ਆ ਜਿਹੜੇ ਗੁੰਮ ਕੀਤੇ ਗਏ ਆ? ਦੇਖੋ, ਆਨ ਪੇਪਰ ਜਿਹੜਾ ਗੁੰਮ ਹੋਏ ਹੈ ਦਿਆਲਪੁਰਾ ਥਾਣਾ ਦੇ ਵਿੱਚ ਕੁੱਲ ਟੋਟਲ 13 ਵੈਪਨ ਹੈ। 13 ਵੈਪਨ ਦੇ ਵਿੱਚ ਪਹਿਲਾਂ ਹੀ ਰਾਮਪੁਰਾ ਸਿਟੀ ਦੇ ਵਿੱਚ ਜਿਹੜਾ ਪਰਚਾ ਹੋਇਆ ਉਹਦੇ ਵਿੱਚੋਂ ਇੱਕ ਵੈਪਨ ਹੈ, ਔਰ ਜੋ ਫਿਰੋਜ਼ਪੁਰ ਟੀਮ ਵੱਲੋਂ ਜੋ ਪਕੜਾ ਗਏ ਹੈ ਅਤੇ ਉਹਦੇ ਵਿੱਚੋਂ 3 ਵੈਪਨ ਹੈ, ਸੋ 4 ਵੈਪਨ ਤੋਂ ਅਕਾਊਂਟ ਹੋ ਗਏ ਹੈ, ਬਾਕੀ ਹੁਣ 9 ਵੈਪਨ ਰਹਿ ਗਏ ਹੈ। ਇਹਦੀ ਤਫਤੀਸ਼ ਦੌਰਾਨ ਜੋ ਕੁਛ ਹਮਾਰਾ ਜੋ ਲੀਡਸ ਮਿਲੇ ਹੈ ਵਰਕਆਊਟ ਕਰ ਰਹੇ ਹੈ, ਸੰਦੀਪ ਵੀ ਹੁਣ ਗ੍ਰਿਫਤਾਰ ਹੋ ਗਏ ਹੈ। ਸਾਡੇ ਕੋਸ਼ਿਸ਼ ਤੋਂ ਇਹੀ ਸੀ ਸੰਦੀਪ ਰਿਮਾਂਡ ਵੀ ਆ ਜੂਗਾ, ਫਿਰ ਫਰਦਰ ਇਨਵੈਸਟੀਗੇਸ਼ਨ ਥੋੜ੍ਹਾ ਸਾ ਚੱਲੂਗਾ, ਬਟ ਅਨਫੋਰਚੁਨੇਟਲੀ ਸਾਨੂੰ ਰਿਮਾਂਡ ਨਹੀਂ ਮਿਲੇ, ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੋ ਬਾਕੀ 9 ਵੈਪਨਸ ਕੇ ਬਾਰੇ ਮੈਂ ਸਾਡੇ ਅਭੀ ਵਰਕਆਊਟ ਚੱਲ ਰਿਹਾ, ਇਨਵੈਸਟੀਗੇਸ਼ਨ ਚੱਲ ਰਿਹਾ, ਮੋਸਟਲੀ ਅਸੀਂ ਜਲਦੀ ਵਰਕਆਊਟ ਕਰਾ ਲਾਂਗੇ। ਨਹੀਂ ਵਾਲਾ ਥਾਣਾ ਦੇ ਵੀ ਵੀ ਆਪਕੋ ਇਸੇ ਵੈਪਨ ਕੋ ਨਹੀਂ, ਉਹਦੇ ਬਾਰੇ ਮੈਂ ਸਾਨੂੰ ਇੱਕ ਕੰਪਲੇਂਟ ਆਇਆ ਹੈ ਅਭੀ ਫਿਲਹਾਲ ਉਹਨਾਂ ਨੇ ਦਿੱਤਾ ਹੈ, ਬਟ ਇਹਦੇ ਬਾਰੇ ਮੈਂ ਅਭੀ ਮੇਰਾ ਆਫਿਸਰਸ ਕੋ ਡਿਊਟੀ ਲਾਇਆ ਚੈੱਕ ਕਰ ਲੈਣਾ, ਕਿਉਂਕਿ ਸ਼ਾਇਦ ਉਹਦੇ ਵੀ ਇਹਨਾਂ ਦੇ ਰੋਲ ਹੋ ਸਕਦੇ ਹੈ, ਬਟ ਅਭੀ ਹਾਲੇ ਉਹ ਕਲੀਅਰ ਨਹੀਂ ਹੈ ਵੈਪਨ ਮਿਸਿੰਗ ਹੈ ਨਹੀਂ ਹੈ, ਬਟ ਉਹਨਾਂ ਨੇ ਕਿਸੇ ਨੇ ਦੱਸਿਆ ਅਸੀਂ ਵਰਕਆਊਟ ਕਰ ਰਹੇ ਹਾਂ। ਸਰ, ਵੈਪਨ ਹੀ ਹੈ ਸਰ, ਕੋਈ ਹੋਰ ਵੀ ਹੈ ਜਿਵੇਂ ਵਹੀਕਲ ਵਗੈਰਾ ਦਾ, ਹੋਰ ਪੈਸਿਆਂ ਦੀ ਵੀ ਗੱਲ ਚੱਲ ਰਹੀ ਸੀ? ਦੇਖੋ, ਦਿਆਲਪੁਰਾ ਥਾਣਾ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਵੈਪਨ ਵੀ ਹੈ, ਅਮਿਊਨੀਸ਼ਨਸ ਵੀ ਹੈ, ਔਰ ਇੱਕ ਡਰੱਗ ਮਨੀ ਵੀ ਹੈ। ਸੋ ਦਿਆਲਪੁਰਾ ਥਾਣਾ ਮੇਂ ਤੀਨੋਂ ਐਂਗਲ ਮੇਂ ਹਮ ਵਰਕਆਊਟ ਕਰ ਰਹੇ ਹੈ, ਬਟ ਫਿਲਹਾਲ ਹਮਾਰਾ ਜੋ ਮੇਨ ਫੋਕਸ ਹੈ ਵੈਪਨ ਕਾ ਚੱਲ ਰਹੀ ਹੈ ਅਭੀ, ਸਾਡੇ ਆਪਰੇਸ਼ਨ ਹਾਲੇ ਵੀ ਕੰਟੀਨਿਊਸਲੀ ਚੱਲ ਰਹੀ ਹੈ, ਤੋ ਮੋਸਟਲੀ ਅਗਲੇ 3-4 ਦਿਨ ਦੇ ਵਿੱਚ ਮੋਸਟਲੀ ਸਾਨੂੰ ਉਮੀਦ ਹੈ ਕੋਈ ਨਾ ਕੋਈ ਤੁਹਾਨੂੰ ਰਿਜ਼ਲਟ ਅਸੀਂ ਦੇਵਾਂਗੇ। ਸਚਕੋਂ ਲਈ ਬਠਿੰਡਾ ਤੋਂ ਮਨਪ੍ਰੀਤ ਮਾਨ ਦੇ ਨਾਲ ਸੁਜੀਤ ਮਾਨ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।